Timberlands. Di akan di belajar. Lebih beri-beri kekirilan sunyiwa sedih kati, eh, ini sunyiwa ini deh. Di hati kan kamu shuru honda apa ya? Adi kala cikari ya. Adi hati bambar hati balenai. Wasna'il ful. Di ayunena. Duh kesti bada. Sati nagra de belajar ke. Eh. Nusho de di zindagi bhi badi. Musa di okhi sunyiwa na. Nuh di okhi sunyiwa. 950 साल तकरीबन 30 to 32 नस्लां बुल रही हैं नूर चलते रहे 30 to 32 नस्लां बदल दिया रही हैं ते लोग जिस वेले तबलीग शुरू की थी हजरत नूह ने ते लोगों ने पहला जुमला ये आख्या के होगा मजनू कबला मूसा ने भी कबला आख्या हर नबी को कबला आख्या कौन ने किया क्या वो ये तक कमल है कि वो जी कला करे कभी सुनिए ये कला है जो दुनिया बढ़ाई नजरें नहीं हम कला की पागला नहीं करना है और हजरत नूह का अलमिया के क्योंकि उम्र इतनी ज्यादा है कि जब ये लोगों ने इन नामों कमला आखना शुरू किया पागल आखना शुरू किया मजनून आखना शुरू किया उन नामों में वो बच्चे आए बच्चे वो बड़े हुए बड़े हुए उन्होंने शादियां हुई शादियां हो गए उन्होंने बच्चे हुए ਉਹਨਾਂ ਬੱਚੇ ਨੂੰ ਲੈ ਕੇ ਤੁਰਦ ਨੂੰ ਦੇ ਘਰ ਜਾਂਦੇ ਆ ਆਦੇ ਆ ਨਹੀਂ ਕਹਿੰਦਾ ਉਹ ਤੂੰ ਆਪਣੇ ਦਾ ਫਿਰਦੋ ਉਤਾਰ ਕੇ ਰੋਣਾ ਹੈ ਮੈਂ ਨਬੀਆਂ ਦੀ ਜ਼ਿੰਦਗੀ ਤੇਰੇ ਸਾਹਮਣੇ ਰੱਖਾਂ ਤੇਰੀ ਚੀਕਾਂ ਨਿਕਲ ਜਾ ਤੈਨੂੰ ਪਤਾ ਲੱਗੇ ਤੇਰੇ ਨੂੰ ਜ਼ਿਆਦਾ ਆਸਾਨ ਜ਼ਿੰਦਗੀ ਤੇ ਕਿਤੇ ਆਏ ਨਹੀਂ ਬੱਚਿਆਂ ਨੂੰ ਲੈ ਕੇ ਜਾਂਦੇ ਆ ਔਰ ਇਹ ਮਜਨੂਈ ਨੇ ਇਹ ਕਮਲ ਹੈ ਇਹਦੀ ਗੱਲ ਨਹੀਂ ਸੁਣਨੀ ਫਿਰ ਉਹ ਬੱਚੇ ਵੱਡੇ ਹੁੰਦੇ ਆ ਉਹ ਸ਼ਾਦੀਆਂ ਕਰਦੇ ਆ ਫਿਰ ਉਹਨਾਂ ਦੇ ਬੱਚੇ ਹੁੰਦੇ ਆ ਉਹ ਬੱਚਿਆਂ ਨੂੰ ਲੈ ਕੇ ਆਦੇ ਆ ਉਹ ਤੁਹਾਡੇ ਦਾਦਾ ਦੀ ਆਂਦਾ ਇਹ ਕਮਲ ਹੈ ਸਾਨੂੰ ਵੀ ਪਤਾ ਹੈ ਕਮਲ ਹੈ ਤੁਸੀਂ ਵੀ ਯਾਦ ਰੱਖੇ ਕਮਲ ਹੈ ਇਹ ਇਹਦੀ ਗੱਲ ਨਹੀਂ ਸੁਣਨੀ ਫਿਰ ਉਹ ਵੱਡੇ ਹੁੰਦੇ ਆ ਇੰਜ ਤਰੀ ਦਸਲਾ ਮੁਦਰ ਗਈਆਂ 900 ਸਾਲ ਨੂ ਨੂ ਕਮਲਾ 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 ਆਂਦੇ ਤੇ ਹੁਣ ਦਾਦਾ ਨੂੰ ਕਮ ਆਇਆ ਬਸ ਨਗੇ ਕੋਲ ਯਹਾਦ ਬਣਾ ਕਸ਼ਤੀ ਬਣਾ ਕਿੱਥੇ ਜਿੱਥੇ ਨਾ ਦਰਿਆ ਆਇਆ ਸਮਾਂ ਵਾਹ 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 ਜੀ ਵੱਡੇ ਨਹੀਂ ਰੋਜ਼ਿਆ ਸਰਕਾਰ ਸਾਹਿਬ ਅਬਦੁੱਲਾ ਸ਼ਾਹ ਨੇ ਐਂਡ ਰੱਬ ਨਾਲ ਯਾਰੀ ਨਹੀਂ ਹੈ ਜਿਵੇਂ ਸੱਜਣੇ ਦੇ ਨਾਲ ਯਾਰੀ ਕਰਨਾ ਵਾਹ ਵਾਹ ਐਸੇ ਕਮਾਰੇ ਇੱਥੇ ਜਾ ਕੇ ਵਸ ਨਾ ਇਹ ਬੋਲ ਬੇ ਆਇਓ ਨੇ ਨਾ ਅਸਾਂ ਨਜ਼ਰਾਂ ਲਾਈਆਂ ਹੋਈਆਂ ਤੇਰੇ ਤੇ ਸਨਤ ਕਰ ਇੰਜੀਨੀਅਰਿੰਗ ਕਰ ਡਿਜ਼ਾਈਨਿੰਗ ਕਰ ਕਸ਼ਤੀ ਬਣਾ ਬੜੀ ਵੱਡੀ ਕਸ਼ਤੀ ਕਿੱਥੇ ਬਣਨੀ ਹੈ ਜਿੱਥੇ ਨਾ ਦਰਿਆ ਹੈ ਨਾ ਸਮੁੰਦਰ ਹੈ ਹੁਣ ਇਨਸਾਨੀ ਇਲਮ ਇਹ ਹੁੰਦਾ ਹੈ ਕਿ ਜਿੱਥੇ ਜਿਸ ਚੀਜ਼ ਦੀ ਲੋੜ ਨਾ ਹੋਵੇ ਉਹਦੀ ਸਨਤ ਵੀ ਡਿਵੈਲਪ ਨਹੀਂ ਹੁੰਦੀ ਵਾਹ ਵਾਹ ਹੁਣ ਕਿਉਂਕਿ ਹਰ ਰੂਹ ਦੇ ਇਲਾਕੇ ਦਾ ਸਮੁੰਦਰ ਹੈ ਨਾ ਦਰਿਆ ਉਹਨਾਂ ਲੋਕਾਂ ਨੂੰ ਕਸ਼ਤੀਆਂ ਬਣਾਉਣ ਦਾ ਤਰੀਕਾ ਹੀ ਨਹੀਂ ਆਉਂਦਾ ਹੁਣ ਪਤਾ ਹੀ ਨਾ ਇਹ ਕਸ਼ਤੀ ਕਈ ਬਲਵਾ ਦਾ ਨਾਮ ਹੈ ਹੁਣ ਹਜ਼ਰਤ ਨੂਹ ਨੇ ਜਿਸ ਵੇਲੇ ਕਸ਼ਤੀ ਬਣਾਉਣ ਦਾ ਇਰਾਦਾ ਕੀਤਾ ਅੱਲਾ ਦੇ ਹੁਕਮ ਤੇ ਅੱਲਾ ਨੇ ਆ ਕੇ ਫਿਕਰ ਨਾ ਕਰ ਕਸ਼ਤੀ ਤੂੰ ਨਹੀਂ ਬਣਾਉਣੀ ਇਹਦੀ ਡਿਜ਼ਾਈਨਿੰਗ ਅਸਾਂ ਕਰਨੀ ਹੈ ਮੂਸਾ ਜਿਵੇਂ ਤੇਰੀ ਜ਼ਿੰਦਗੀ ਦੀ ਡਿਜ਼ਾਈਨਿੰਗ ਕੀਤੀ ਹੈ ਇਵੇਂ ਅਸੀਂ ਨੂਹ ਵੀ ਕਸ਼ਤੀ ਦੀ ਡਿਜ਼ਾਈਨਿੰਗ ਕਰਨੀ ਹੋ ਕਸ਼ਤੀ ਦੀ ਡਿਜ਼ਾਈਨਿੰਗ ਕਰੋ ਲਈ ਹੈ ਜਿਹੜੇ ਲੋਕ ਥੋੜਾ ਜਿਹਾ ਇੰਜੀਨੀਅਰਿੰਗ ਪੜ੍ਹੇ ਹੋਣ ਬੈਠੇ ਕਸ਼ਤੀ ਬਣਾਉਣ ਦਾ ਰੋਲਾ ਇਹ ਹੈ ਕਿ ਉਹਨੂੰ ਸਟਰਕਚਰਲ ਇੰਜੀਨੀਅਰਿੰਗ ਚਾਹੀਦੀ ਹੈ ਇਹ ਨਾ ਫੱਟਾ ਜਿੱਥੇ ਆਉਣਾ ਹੈ ਉਹਦਾ ਡਿਜ਼ਾਈਨ ਤਾਂ ਹੋ ਗਿਆ ਫੱਟਾ ਬਾਅਦ ਵਿੱਚ ਹੀ ਸੀ ਰੋਲਾ ਇਹ ਹੈ ਕਸ਼ਤੀ ਦਾ ਹੁਣ ਅੱਲਾਹ ਨੇ ਵੇ ਬਸ ਨਾ ਇਹ ਫੁੱਲ ਬਣਾਏ ਕਸ਼ਤੀ ਇਜਾਦ ਬਣਾ ਤੇ ਆ ਆਇਓ ਨੇ ਨਾ ਸਾਡੀ ਨਜ਼ਰਾਂ ਦੇ ਵਿੱਚ ਤੇ ਕਸ਼ਤੀ ਕਿਵੇਂ ਬਣੀ ਹੈ ਕਿ ਅੱਲਾਹ ਤਾਲਾ ਫਰਮਾਉਂਦਾ ਹੈ ਕੁਰਾਨ ਦੇ ਵਿੱਚ ਕਿ ਅਮਲ ਨਾ ਹੂ ਅਲਾ ਜ਼ਾਤਿਲ ਵਾਹਿਦ ਵਦੁਰੇ ਅਸੀਂ ਨੂਹ ਨੂੰ ਇੱਕ ਐਸੀ ਕਸ਼ਤੀ ਦੇ ਵਿੱਚ ਸਵਾਰ ਕੀਤਾ ਜਿਹਦੇ ਫੱਟੇ ਲੱਕੜ ਦੇ ਨਾਲ ਤੇ ਫੱਟਿਆਂ ਦੇ ਦਰਮਿਆਨ ਕਿਲ ਲੱਗੇ ਦੂਸਰ ਆਦਨ ਕਿਲ ਅਲਵਾ ਆਦਨ ਲੱਕੜੀ ਦਾ ਫੱਟਾ ਜਿਹੜਾ ਡਿਜ਼ਾਈਨ ਕਰਕੇ ਕੱਢਿਆ ਗਿਆ ਹੁਣ ਨੂਹ ਦੀ ਪੂਰੀ ਕੌਮ ਨੂੰ ਪਤਾ ਹੀ ਨਹੀਂ ਕਸ਼ਤੀਆਂ ਬਣਾਉਣੀਆਂ ਕਿਵੇਂ ਨਾ ਕਸ਼ਤੀਆਂ ਦੀ ਲੋੜ ਹੈ ਜਿਸ ਵੇਲੇ ਹਜ਼ਰਤ ਨੂਹ ਨੇ ਦਰਖਤ ਕੱਟਣੇ ਸ਼ੁਰੂ ਕੀਤੇ ਤਾਂ ਉਹ ਜਿਹੜੀ
ਪਰ ਦਾਦਾ ਵੀ ਆਉਂਦੇ ਕਮਲ ਹੈ ਦਾਦਾ ਵੀ ਆਉਂਦੇ ਕਮਲ ਹੈ ਅਸੀਂ ਵੀ ਆਨੇ ਕਮਲ ਦੇ ਬਾਲਾਂ ਨੂੰ ਆਖਿਆ ਵੇਖ ਲੋ ਵਾਕਈ ਕਮਲ ਆਏ ਨੇ ਵਾਹ ਇੱਥੇ ਕਸ਼ਤੀ ਬਣੇਂਦਾ ਪਿਆ ਜਿੱਥੇ ਨਾ ਪਾਣੀ ਹੈ ਨਾ ਕੋਈ ਤੇ ਨੂੰ ਵੀ ਕਮਾਲ ਹੈ ਪੁੱਛਦੇ ਨਹੀਂ ਪਿਆ ਆਲਾ ਮੀਆਂ ਪਾਣੀ ਤਾਂ ਹੈ ਕੋਈ ਨਹੀਂ ਕਸ਼ਤੀ ਕਿਉਂ ਬਣਵਾਇਂਦਾ ਵਾਹ 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 ਕਸ਼ਤੀ ਕਿੰਨੀ ਵੱਡੀ ਬਣਾਵਣੀ ਹੈ ਕਿ ਜਿਹਦੇ ਵਿੱਚ ਜਿੰਨੇ ਮੂਮਿਨ ਹੈ ਉਹ ਵੀ ਆ ਜਾਵੇਂ ਉਹਨਾਂ ਦੀ ਬੀਵੀਆਂ ਵੀ ਆ ਜਾਵੇਂ ਉਹਨਾਂ ਦੇ ਬੱਚੇ ਵੀ ਆ ਜਾਵੇਂ ਜਿਤਨੇ ਪੱਖੂ ਹੈਣ ਹਰ ਇੱਕ ਦਾ ਇੱਕ ਇੱਕ ਜੋੜਾ ਆ ਜਾਵੇ ਔਰ ਜਿਤਨੇ ਦਰਿੰਦੇ ਹੈਣ ਉਹਨਾਂ ਦਾ ਇੱਕ ਇੱਕ ਜੋੜਾ ਆ ਜਾਵੇ ਔਰ ਜਿਤਨੇ ਰੀਂਗਣ ਵਾਲੇ ਹੈਣ ਉਹਨਾਂ ਦਾ ਇੱਕ ਇੱਕ ਜੋੜਾ ਆ ਜਾਵੇ ਔਰ ਜਿਹੜੇ ਹਸ਼ਰਾਤ ਮਾਰਦੇ ਹਨ ਉਹਨਾਂ ਦਾ ਜੋੜਾ ਆ ਜਾਵੇ ਹੁਣ ਕੀੜੀਆਂ ਹੋਰ ਜਗ੍ਹਾ ਤੇ ਰਹਿੰਦੀਆਂ ਹੈ ਵਾਹ ਪੱਖੂ ਹੋਰ ਥਾਈ ਤੇ ਰਹਿੰਦੇ ਹਨ ਮੱਛੀਆਂ ਹੋਰ ਜਗ੍ਹਾ ਤੇ ਰਹਿੰਦੀਆਂ ਹੈ ਮੱਝਾਂ ਹੋਰ ਜਗ੍ਹਾ ਤੇ ਰਹਿੰਦੀਆਂ ਹੈ ਸ਼ੇਰ ਹੋਰ ਤੇਰਾ ਵਜੂਦ ਸਾਡੀ ਨਜ਼ਰਾਂ ਦੇ ਵਿੱਚ ਹੈ ਸੁਭਾਨ ਅੱਲਾਹ ਸੁਭਾਨ ਅੱਲਾਹ ਸੁਭਾਨ ਅੱਲਾਹ ਤੇਰੀ ਨਦੀ ਆ ਕੇ ਮਿਲ ਗਿਆ ਨਾ ਉਹਨੇ ਪਹਾੜ ਵੀ ਸਮਝੇ ਸਾ
ਇੱਥੇ ਇੱਕ ਵਾਕਿਆ ਸਾਡਾ ਡਿਜ਼ਾਈਨ ਕਿੱਦੋਂ ਹੈ ਅਸੀਂ ਇਸ ਨੂੰ ਜੋ ਸਨਤ ਲੰਮਣੀ ਹੈ ਉਹ ਸਾਨੂੰ ਪਤਾ ਹੈ ਨੂੰ ਇਹ ਕਸ਼ਤੀ ਜਿਵੇਂ ਫੱਟਾ ਨੇ ਚੀਰੀ ਜਾ ਜਿਵੇਂ ਨੇ ਕਿਲ ਬਣਾਈ ਜਾ ਇਹ ਡਿਜ਼ਾਈਨਿੰਗ ਸਾਡੀ ਕੀਤੀ ਹੋਈ ਹੈ ਜਿਸ ਵੇਲੇ ਵਕਤ ਆਇਆ ਦੱਸੇ ਸਾਨੂੰ ਕਿਹੜਾ ਫੱਟਾ ਕਿੱਥੇ ਲੱਗਣਾ ਕਿਹੜਾ ਕਿਲ ਕਿੱਥੇ ਜਾਣਾ ਐ ਮੁਹੰਮਦ ਤੇਰਾ ਸਾਰਾ ਵਜੂਦ ਸਾਡਾ ਡਿਜ਼ਾਈਨ ਕੀਤਾ ਹੋਇਆ ਹੈ ਸੁਭਾਨ ਅੱਲਾਹ ਸੁਭਾਨ ਅੱਲਾਹ ਇਹਨਾਂ ਮਗਰਬ ਦੀ ਜਿਹੜੀ ਸਨਤ ਅੱਲਾਹ ਮੁਸਤਫਾ ਕੋਲ ਕਰਵਾਉਣੀ ਹੈ ਉਹਦਾ ਤਾਲੁਕ ਮੁਸਤਫਾ ਦੇ ਜਿਸਮ ਦੇ ਵਜੂਦ ਨਾਲ ਫਾਇਨਾ ਕਾ ਵਿਹਾਇਓ ਨੇ ਨਾ ਐ ਮੁਸਤਫਾ ਤੂੰ ਸਾਡੀ ਅੱਖਾਂ ਦੇ ਵਿੱਚ ਹੈ ਵਸਬੇ ਬਿਹੰਦ ਰੱਬੇ ਕਹੀਨਾ ਤਕੂਨ ਆਪਣੇ ਰੱਬ ਦੀ ਤਸਬੀਹ ਕਰ ਜਦ ਤੱਕ ਤੂੰ ਉੱਠ ਨਹੀਂ ਜਾਣਾ ਫਮਿਨਲ ਲੈਲੇ ਫਸ ਵਾ ਫਮਿਨਲ ਲੈਲੇ ਫਸਬਹੁ ਵਾ ਇਦਬਾਰ ਨੁਜੂਮ ਤੇ ਰਾਤ ਨੂੰ ਵੀ ਉੱਠ ਕੇ ਸਾਡੀ ਤਸਬੀਹ ਕਰ ਜਦ ਤੱਕ ਸਾਰੇ ਗਾਇਬ ਹੋਣ ਸ਼ੁਰੂ ਨਾ ਹੋਣ ਯਾਨੀ ਜਦ ਤੱਕ ਸੁਬਾ ਨਾ ਆਵੇ ਤੂੰ ਸਾਡੀ ਤਸਬੀਹ ਜਾਰੀ ਰੱਖ ਤੇ ਮਜਨੂਨ ਆਖਿਆ ਗਿਆ ਹੈ ਮੂਸਾ ਨੂੰ ਮਜਨੂਨ ਆਖਿਆ ਗਿਆ ਹੈ ਹਾਰੂਨ ਨੂੰ ਤੇ ਮਜਨੂਨ ਵੀ ਆਖਿਆ ਗਿਆ ਮੁਸਤਫਾ ਜਿਸ ਵੇਲੇ ਕੁਰਾਨ ਦੀ ਆਇਤਾਂ ਹਜ਼ੂਰ ਨੇ ਪੜ੍ਹੀਆਂ ਨਾ ਤੇ ਸਭ ਕੋਲ ਪਹਿਲੀ ਗੱਲ ਕੀਤੀ ਅੰਤ ਮਜਨੂਨ ਉਸ ਤੋਂ ਬਾਅਦ ਨੇ ਇਸੇ ਬਣੋ ਸੂਰਤ ਤੂਰ ਦੇ ਵਿੱਚ ਅੱਲਾਹ ਫਰਮਾਇੰਦਾ ਹੈ ਫਜ਼ਕਿਰ ਇਨਮ ਯਾਦ ਦਿਵਾ ਫਮਾ ਅੰਤ ਬਿਨਿਮਤ ਰੱਬਿਕਾ ਬੇਕਾਫਿਨ ਵਲਾ ਮਜਨੂਨ ਅੱਜ ਦੀ ਦਾਸ ਨਾਮ ਹੈ ਕੋਈ ਜਾਦੂ ਦਾ ਕਿ ਨਾਮ ਹੈ ਕਮਾ ਤੁਸੀਂ ਕਬ ਲੈ ਹੋ ਅੱਲਾਹ ਅਕਬਰ ਜਿਹੜੀ ਸਮਝਣ ਦੀ ਗੱਲ ਹੈ ਇੱਕ ਤਾਂ ਇਹ ਜਿਹੜਾ ਨਦਰਾਂ ਦੇ ਵਿੱਚ ਆਉਣਾ ਹੈ ਮੂਸਾ ਦਾ ਨੂਹ ਦਾ ਮੁਸਤਫਾ ਇਹਨਾਂ ਸਹੀਆਂ ਫਰਕ ਹਾਲਾਤ ਹਰ ਨਬੀ ਦੇ ਅਸ਼ਦ ਨਾ ਸੇ ਹਜ਼ੂਰ ਕੀ ਫਰਮਾਇਆ ਹਦੀਸ ਦੇ ਵਿੱਚ ਕਿ ਲੋਕਾਂ ਦੇ ਵੀ ਸਭ ਤੋਂ ਸਖਤੀਆਂ ਕਿਹਦੇ ਤੇ ਆਉਂਦੀਆਂ ਅਲੰਬੀਆ ਸੁਰਮਾ ਹਮਸਿਰ ਅਲਹਮਸਿਰ ਫਿਰ ਜਿਹੜੇ ਨਬੀਆਂ ਦੇ ਪਿੱਛੇ ਟੁਰਦੇ ਉਹਨਾਂ ਦੇ ਜ਼ਿੰਦਗੀਆਂ ਔਖੀਆਂ ਹੁੰਦੀਆਂ ਫਿਰ ਜਿਹੜੇ ਨਬੀਆਂ ਦੇ ਪਿੱਛੇ ਟੁਰਨ ਵਾਲੇ ਉਹਨਾਂ ਦੇ ਪਿੱਛੇ ਟੁਰਦੇ ਉਹਨਾਂ ਦੇ ਜ਼ਿੰਦਗੀਆਂ ਔਖੀਆਂ ਹੁੰਦੀਆਂ ਜੇ ਸੌਂਕ ਚੜੀ ਦੀ ਤੇ ਇਸਲਾਮ ਛੱਡ ਦੇ ਜੇ ਹੱਥ ਠੋਕਰ ਦੇ ਬਾਅਦ ਨੂੰ ਟੁੱਟਣਾ ਆਉਂਦਾ ਹੀ ਤੇ ਫਿਰ ਤੇਰਾ ਇਮਾਮ ਦੇ ਨਾਲ ਕੋਈ ਤਾਲ ਹੋ ਅੱਛਾ ਹੁਣ ਰਸੂਲ ਨਾਲ ਕੀ ਹੋਇਆ ਰਸੂਲ ਨੇ ਜਿਸ ਵੇਲੇ ਤਬਲੀਗ ਸ਼ੁਰੂ ਕੀਤੀ ਮੱਕੇ ਦੇ ਵਿੱਚ ਕੀ ਹਜ਼ੂਰ ਦੀ ਬੜੀ ਤਾਕਤ ਕਿੰਨੀਆਂ ਮੱਕੇ ਆ ਕੀ ਹੋਇਆ ਰਸੂਲ ਦੇ ਕਦੀ ਖਾਨਾ ਕਾਬਾ ਦੇ ਵਿੱਚ ਮੇਰੇ ਬਾਹਾਂ ਤੋਂ ਪਕੜ ਕੇ ਤਬਾਹ ਕਿਵੇਂ ਕਰੀਂਦਾ ਸੀ ਲਿਆ ਜਾਂਦਾ ਵੀ ਕਦੀ ਹਜ਼ੂਰ ਦੇ ਪੈਰਾਂ ਦੇ ਵਿੱਚ ਕੰਡੇ ਚੁਣੇ ਜਾਂਦੇ ਹਨ ਕਦੀ ਹਜ਼ੂਰ ਦੀ ਗਰਦਨ ਮੁਬਾਰਕ ਤੇ ਉਜੜੀ ਸਿੱਟੀ ਜਾਂਦੀ ਹੈ ਕਦੀ ਜਾਨਵਰਾਂ ਦਾ ਪਾਖਾਨਾ ਹਜ਼ੂਰ ਦੇ ਘਰ ਦੇ ਵਿੱਚ ਛੱਡਿਆ ਜਾਂਦਾ ਹੈ ਕਦੀ ਹਜ਼ੂਰ ਨੂੰ ਗਲੀਆਂ ਦੇ ਵਿੱਚ ਘਸੀਟਿਆ ਜਾਂਦਾ ਹੈ ਕਦੀ ਤਾਇਫ ਦੇ ਵਿੱਚ ਕਿਤੇ ਵੱਟੇ ਮਾਰੇ ਜਾਂਦੇ ਹਨ ਕਿ ਹਜ਼ੂਰ ਦੇ ਨਾਲੈਨ ਮੁਬਾਰਕ ਦੇ ਖੂਨ ਦੇ ਨਾਲ ਜੰਮ ਜਾਂਦੇ ਹੈ ਕਦੀ ਹਜ਼ੂਰ ਨੂੰ ਗਾਲਾਂ ਕੱਢੀਆਂ ਜਾਂਦੀਆਂ ਹਨ ਜਾ ਕੇ ਪੜੋ ਤੇ ਜਾ ਕੇ ਤਾਲੀ ਦੇ ਅੱਲਾਹ ਫਾਇਨਾ ਕਾ ਬਿਆਯੋ ਜੋ ਕੋਈ ਤੇਰੇ ਨਾਲ ਕੁਝ ਕਰੇਦਾ ਪਹਿਲੇ ਨੂੰ ਸਭ ਫੜ ਲਵੇ ਮੁਸਤਫਾ ਦਾ ਸਾਰਾ ਵਜੂਦ ਹਰ ਵੇਲੇ ਸਾਡੀ ਨਜ਼ਰ ਵਿੱਚ ਜਿੱਥੇ ਜਿੱਥੇ ਇਹਨੂੰ ਵੱਟੇ ਮਰੇਂਦੇ ਪਏ ਹੋ ਜਿੱਥੇ ਜਿੱਥੇ ਇਹਨੂੰ ਥੱਪੜ ਮਰੇਂਦੇ ਪਏ ਹੋ ਜਿੱਥੇ ਜਿੱਥੇ ਇਹਨੂੰ ਜ਼ਖਮ ਲੈਂਦੇ ਪਏ ਹੋ ਸਾਰੇ ਸਾਡੀ ਨਜ਼ਰਾਂ ਦੇ ਵਿੱਚ ਮੁਸਤਫਾ ਨੇ ਕਿਉਂ ਇਤਨਾ ਇਤਨਾ ਪੈਂਡਾ ਕਿਉਂ ਮੁਸਤਫਾ ਨੇ ਭਰੇਗਾ ਇਹਦਾ ਦੁੱਖ 33 ਸਾਲ ਦਾ ਕਿਉਂ ਦੁਨੀਆ ਤਾਂ ਕਿ ਅੱਲਾਹ ਦਾ ਇੱਕ ਕਲਾਮ ਅੱਜ ਤੁਸੀਂ ਤੇ ਮੈਂ ਇੱਥੇ ਬਹਿ ਕੇ ਪੜ੍ਹ ਸਕੀਏ ਇਤਨਾ ਵੱਡਾ ਅਹਿਸਾਨ ਹੈ ਮੁਹੰਮਦ ਮੁਸਤਫਾ ਦਾ ਇਸ ਉਮਤ ਤੇ ਤਮਾਮ ਬਲੀ ਤਮਾਮ ਔਲਾਦ ਤਮਾਮ ਨੁਬਾ ਤਮਾਮ ਨੁਜਬਾ ਤਮਾਮ ਕੁਤਬ ਤਮਾਮ ਮੋਮਿਨ ਤਮਾਮ ਸਹਾਬੀ ਮਿਲ ਕੇ ਵੀ ਕਿਆਮਤ ਤੱਕ ਵੀ ਸਜਦੇ ਚ ਪੈਰ ਆਉਣ ਮੁਹੰਮਦ ਦਾ ਅਹਿਸਾਨ ਸਾਡੀ ਹੈ ਅਸੀਂ ਸਨਤ ਕਿਹੜੀ ਲਾਉਣੀ
ਅਸੀਂ ਤੈਨੂੰ ਰਹਿਮਤਲ ਲਿਲ ਆਲਮੀਨ ਦਾ ਤਾਜ ਪਾਉਣਾ ਹੈ ਅਸੀਂ ਤੈਨੂੰ ਹਾਦੀ ਹਾਦੀ ਲਿਲ ਆਲਮੀਨ ਦਾ ਸਨਤ ਤੇਰੇ ਵਿੱਚ ਉਪਰਨੀ ਹੈ ਇਨਨਾ ਅਰਸਲਨਾ ਕਾ ਵਮਾ ਅਰਸਲਨਾ ਕਾ ਇਲਾ ਰਹਿਮਤਲ ਲਿਲ ਆਲਮੀਨ ਵਮਾ ਅਰਸਲਨਾ ਕਾ ਇਲਾ ਕਾ ਫਤਨ ਲਿਲ ਨਾ ਕਿਆਮਤ ਤੱਕ ਤਮਾਮ ਇਨਸਾਨੀਅਤ ਦਾ ਉਸਤਾਦ ਬਣਾ ਕੇ ਤੈਨੂੰ ਵੀ ਦਿੰਦੇ ਹੈ ਕਿਆਮਤ ਤੱਕ ਤਮਾਮ ਆਲਮੀਨ ਦੀ ਰਹਿਮਤ ਬਣਾ ਕੇ ਦੇਂਦੇ ਪਏ ਹੁਣ ਕਿੰਨੀ ਵੱਡੀ ਪ੍ਰੋਡਕਟ ਚਾਹੀਦੀ ਅੱਲਾਹ ਦੇ ਇੰਨੀ ਸਨਤ ਅਸੀਂ ਆਪਣੀ ਨਜ਼ਰ ਨੂਹ ਦੀ ਕਸ਼ਤੀ ਸਾਡੀ ਨਜ਼ਰ ਮੂਸਾ ਦੇ ਜ਼ਿੰਦਗੀ ਦੇ ਹਾਲਾਤ ਸਾਡੀ ਨਜ਼ਰ ਪਰ ਐ ਮੁਹੰਮਦ ਦੀ ਰਬ ਵਜੂਦ ਸਾਡੀ ਨਜ਼ਰ ਪ੍ਰਭੂ ਲੱਭੋ ਇਹ ਕਿਹੜਾ ਪਹਾੜ ਹੈ ਪਹਾੜ ਪ੍ਰਭੂ ਦਾ ਬਹਿਸਾ ਲਾਗੇ ਦਾ ਤੂੰ ਬਣਿਆ ਮੇਰੀ ਨਜ਼ਰਾਂ ਦੇ ਵਿੱਚ
ਨੂਰ ਵਾਦੇ ਮਸਨੇ ਫੁਲਕ ਬਿਆਰ ਯੋਨੇ ਨਾ ਮੇਰੀ ਨਜ਼ਰ ਦੇ ਵਿੱਚ ਰਹਿ ਕੇ ਕਸ਼ਤੀ ਬਣਾ ਰਸੂਲ ਵਾਦੇ ਫਿੰਨਾ ਦਾ ਬਿਆਰ ਯੋਨੇ ਨਾ ਤੂੰ ਮੇਰੀ ਨਜ਼ਰ ਹੈ ਜੇ ਇਹ ਬਿਆਰ ਯੋਨੇ ਨਾ ਅਰਬੀ ਇਸਤਲਮ ਇਸਤਮਾਲ ਹੋ ਲੋ ਜੀ ਸਾਰੇ ਮੌਲਵੀਆਂ ਨੂੰ ਕੁੰਡਾ ਪਾ ਕੇ ਵਾਹ 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 ਇਹ ਫਰੇ ਇਹ ਲਫ਼ਜ਼ ਇਸਤਮਾਲ ਹੁੰਦਾ ਹੈ ਅਰਬੀ ਜ਼ਬਾਨ ਦੇ ਵਿੱਚ ਜਿਸ ਵੇਲੇ ਮਾਂ ਆਪਣੇ ਉਸ ਬੱਚੇ ਨੂੰ ਜਿਸ ਹੁਣੇ ਹੁਣੇ ਟੁਰਨਾ ਸਿੱਖਾ ਹੈ ਪਹਿਲੇ ਵਾਰੀ ਲੈ ਕੇ ਆਪਣੇ ਘਰੋਂ ਬਾਹਰ ਨਿਕਲਦੀ ਹੈ ਹੁਣ ਚਾਹੁੰਦੀ ਹੈ ਬੱਚੇ ਦੇ ਵਿੱਚ ਕੌਨਫੀਡੈਂਸ ਆਵੇ ਚਾਰ ਪੰਜ ਕਦਮ ਅਗਾਂ ਬੱਚੇ ਨੂੰ ਟੁਰੇਂਦੀ ਹੈ ਪਿੱਛਾ ਰਹਿੰਦੀ ਹੈ ਲੇਕਿਨ ਹਰ ਵੇਲੇ ਨਜ਼ਰਾਂ ਰੱਖੇਂਦੀ ਹੈ ਬਾਹਰ ਤੇ ਪਤਾ ਹੈ ਅਸੀਂ ਸਮਝ ਨਹੀਂ ਸਕਦਾ ਉਹਨੂੰ ਕੌਨਫੀਡੈਂਸ ਵੀ ਦੇਣਾ ਹੈ ਮੈਂ ਟੁਰ ਸਕਦਾ ਨਾਲ ਮਮਤਾ ਵੀ ਹੈ ਕਿ ਅੱਖਾਂ ਵੇਂਦੀ ਪਈ ਹੈ ਕਿ ਅਗਰ ਇਹ ਤੱਕ ਬਗਾਵੇ ਮੈਂ ਸਭਾਲ ਲਵਾਂ ਅੱਲਾਹ ਦੇ ਮੁਸਤਫਾ ਫਿਕਰ ਨਾ ਕਰ ਫਇਨਾ ਕਾ ਬਿਆਯੁਨਾ ਉਹ ਮਾਂ ਤਾਂ ਚੁੱਕ ਸਕਦੀ ਹੈ ਆਪਣੇ ਬਾਲ ਤੋਂ ਮੈਂ ਰੱਬ ਆ ਮੈਂ ਤੇਰੇ ਤੋਂ ਚੁੱਕ ਨਹੀਂ ਸਕਦਾ ਕੀ ਮਤਲਬ ਹੈ ਰਸੂਲ ਦੀ ਜ਼ਿੰਦਗੀ ਵਿੱਚ ਕਿਹੜਾ ਸੰਬੰਧ ਹੈ ਰਸੂਲ ਦੀ ਜ਼ਿੰਦਗੀ ਵਿੱਚ ਕਿਹੜਾ ਸੰਬੰਧ ਹੈ ਰਸੂਲ ਕਿਹਦੇ ਵਾਸਤੇ ਰਹਿਮਤ ਬਣ ਕੇ ਆਇਆ ਕਿਹਦੇ ਵਾਸਤੇ ਆਦੀ ਬਣ ਗਿਆ ਹੈ ਲਿੰਨਾਸ ਤਮਾਮ ਲੋਕਾਂ ਵਾਸਤੇ ਲੈ ਗਿਆ ਹੈ ਲੋਕ ਜਿਹੜੇ ਹੈ ਇਹ ਸਾਰੇ ਬੜੇ ਮਿੱਟੀ ਤੋਂ ਤੇ ਇਹਨਾਂ ਦੀ ਜ਼ਿੰਦਗੀ ਵਾਸਤੇ ਕਿਹੜੀ ਸ਼ੈ ਦੀ ਲੋੜ ਹੈ ਵਜਅਲਨਾ ਮਿਨਲ ਮਾ ਕੁੱਲ ਸ਼ੈਇਨ ਹਈ ਅਫਲਾ ਯੁਮਿਨੂ ਅੱਲਾਹ ਨੇ ਤਾਂ ਖਾਲੀ ਵੀ ਇਮਾਨ ਨਹੀਂ ਹੁੰਦਾ ਹਰ ਸ਼ੈ ਜਿਹੜੀ ਅਸੀਂ ਕਾਇਨਾਤ ਵਿੱਚ ਬਣਾਈ ਹੈ ਵਜਅਲਨਾ ਮਿਨਲ ਮਾ ਕੁੱਲ ਸ਼ੈਇਨ ਹਈ ਅਸੀਂ ਪਾਣੀ ਨਾਲ ਹਰ ਸ਼ੈ ਨੂੰ ਜ਼ਿੰਦਗੀ ਦਿੱਤੀ ਹੈ ਇਹ ਫਿਰ ਕਹਿੰਦਾ ਮਕਾਨਾ ਅਰਸ਼ੂ ਅਲਲ ਮਾ ਮੇਰਾ ਅਰਸ਼ ਪਾਣੀ ਦੇ ਉੱਤੇ ਹੈ ਯਾਨੀ ਜਿਤਨੀ ਵੀ ਮਖਲੂਕ ਮੈਂ ਇਸ ਦੁਨੀਆ 'ਚ ਬਣਾਈ ਹੈ ਇਹ ਪਾਣੀ ਤੋਂ ਬਣੀ ਹੈ ਪਾਣੀ ਨਾਲ ਜ਼ਿੰਦਾ ਹੈ ਅਸੀਂ ਕਿਹੜੀ ਸ਼ੈ ਤੋਂ ਬਣੇ ਹੈ ਪਾਣੀ ਦੀ ਬੂੰਦ ਤੋਂ ਇਹ ਜਾਨਵਰ ਕਿਹੜੀ ਸ਼ੈ ਤੋਂ ਬਣਦੇ ਨੁਤਫੇ ਤੋਂ ਹਰ ਸ਼ੈ ਪਾਣੀ ਤੋਂ ਬਣੀ ਹੈ ਰਸੂਲ ਇਸ ਪਾਣੀ ਤੋਂ ਬਣੀ ਹੋਈ ਮਖਲੂਕ ਦੀ ਇਸਲਾਮ ਵਾਸਤੇ ਨਿਜਾਤ ਵਾਸਤੇ ਆਇਆ ਹੈ ਫਰਮਾਇਆ ਹੈ ਵਲ ਬਹਰ ਅਲ ਮਹਜੂਰ ਜਿਸ ਦਿਨ ਕਿਆਮਤ ਆਉਣੀ ਹੈ ਸਾਰਾ ਪਾਣੀ ਉਬਲ ਪਾਉਣਾ ਹੈ ਮੁਸਤਫਾ ਫਇਨਾ ਕਾ ਬਿਅਯੁਨਾ ਸਾਡੀ ਨਜ਼ਰਾਂ ਦੇ ਵਿੱਚ ਹੈ ਉਹ ਨੂਹ ਨੇ ਕਸ਼ਤੀ ਬਣਾਈ ਹੈ ਆਪਣੀ ਕੌਮ ਨੂੰ ਬਚਾਉਣ ਵਾਸਤੇ ਤੈਨੂੰ ਕਸ਼ਤੀ ਬਣਾਉਣੀ ਪਊਗੀ ਪੂਰੀ ਕਾਇਨਾਤ ਨੂੰ ਬਚਾਉਣ ਵਾਸਤੇ ਅੱਲਾ ਨੇ ਫਰਮਾਇਆ ਤਸਬੀਹ
ਸਿਤਾਰੇ ਕੌਣ ਹੈ ਜਨਾਬ ਜ਼ਿੰਦਗੀ ਅਸਹਾਬੀ ਕੰਨਜੂਮ ਵਾਹ 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 ਅਰੂਹ ਮੇਰੇ ਸਹਾਬਾ ਜਿਹੜੇ ਹੈ ਇਹ ਤਾਰਿਆਂ ਦੀ ਤਰ੍ਹਾਂ ਹੈ ਬਕਈ ਮਹੁਬ ਕਦੇ ਤੁਮ ਕਦੇ ਤੁਮ ਜਿਹੜਾ ਵੀ ਇਹਨਾਂ ਦੇ ਵਿੱਚ ਸ਼ੁਰੂ ਸੀ ਉਹ ਹਦਾਇਤ ਪਾ ਗਿਆ ਸੀ ਅੱਲਾਹ ਆਂਦਾ ਹੈ ਪਰ ਸਹਾਬੀਆਂ ਨੂੰ ਤਬਾ ਤੇ 100 ਸਾਲ ਬਾਅਦ ਗਾਇਬ ਹੋ ਜਾਣਾ ਹੈ ਇਦਵਾਰ ਨਜੂਮ ਇਹਨਾਂ ਕਮਰਾਂ ਦੁਨੀਆਂ ਨੂੰ ਫੇਰ ਜਾਂਦੀ ਹੈ ਅਸੀਂ ਤੈਨੂੰ ਸਫੀਨਾ ਉਹ ਬਣ ਬੈਸਾ ਹੈ ਉਹ ਸਫੀਨਾ ਬਣ ਬੈਸਾ ਹੈ ਵਸਦੇ ਲੈ ਹੁਕਮ ਰੱਬੇ ਫਇਨਾ ਕਾ ਬਿਆਯੁਨਨਾ ਹਜ਼ੂਰ ਨੂੰ ਦੋ ਇਤਰਾਜ਼ ਕੀਤੇ ਅਬੂ ਲਹਬ ਨੇ ਅਬੂ ਜਹਲ ਨੇ ਅਬੂ ਜਹਲ ਨੇ ਆਖਿਆ ਅੰਤਾ ਮਜਨੂਨ ਤੇ ਸ਼ੇਰ ਪੜਿਆ ਅਬੂ ਲਹਬ ਨੇ ਬਬਲ ਅਬਤਰ ਤੂੰ ਬੇ ਔਲਾਦ ਮਰਸੇ ਉਹਦੇ ਉੱਤੇ ਅੱਲਾ ਨੇ ਜਵਾਬ ਦਿੱਤਾ ਇੰਨਾ ਆਤੈਨਾ ਕਲ ਕਵਸਰ ਫਸੱਲੀ ਰੱਬਿਕਾ ਵਨਹਰ ਇੰਨਾ ਸ਼ਾਨੇ ਅਕਾ ਬਬਲ ਅਬਤਰ ਇਹ ਆਂਦਾ ਪਿਆ ਤੇਰੀ ਔਲਾਦ ਨਰਾਸੀ ਇਹਨੂੰ ਆ ਤੁਹਾਡੇ ਸਾਹਮਣੇ ਔਲਾਦ ਹੋ ਜਾਸੋ ਇੰਨਾ ਆਤੈਨਾ ਕਲ ਕਵਸਰ ਅਸੀਂ ਤੈਨੂੰ ਕੌਸਰ ਦਿੱਤਾ ਕੌਸਰ ਕਿਹੜੇ ਬਦਲ ਦੇ ਚੜ੍ਹਦਾ ਵਾਹ 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 ਨਾ ਤਫਜ਼ੀਲ ਨਾ ਮੁਬਾਲਗਾ ਮੁਬਾਲਗੇ ਦੀ ਇੰਤਹਾ ਹੈ ਤੇ ਫਾਇਲ ਦੇ ਬਦਲ ਤੇ ਨਹੀਂ ਪੜਿਆ ਅੱਲਾ ਨੇ ਆ ਕੇ ਨਾ ਕਹੀ ਨਕਲ ਕਸੀਰ ਵਾਹ ਇਹ ਫਾਲਾ ਦੇ ਬਦਲ ਤੇ ਨਹੀਂ ਚੜਿਆ ਅੱਲਾ ਨੇ ਆ ਕੇ ਨਾ ਆ ਕੇ ਨਕਲ ਕਸਰ ਵਾਹ ਇਹ ਹੈ ਫੌ ਅਲ ਦੇ ਬਦਲ ਤੇ ਕੌਸਰ ਵਾਹ ਫੌ ਅਲ ਕੌਸਰ ਇਨਨਾ ਆ ਕੇ ਨਕਲ ਕੌਸਰ ਫੌ ਕੇ ਬਦਲ ਚੜਿਆ ਦੇਖਾ ਭਾਈ ਮਹਿਮਾਨ ਤੁਸੀਂ ਯਾਦ ਰੱਖੇ ਪਾਣੀ ਪਾਣਾ ਜੋ ਮਿਲਦਾ ਹੈ ਗਿਲਾਸ ਭਰ ਕੇ ਉਹ ਅਰਬਾਕਸੀ ਕੇ ਇਹ ਅਕਸਰ ਲੋ ਬੜਾ ਹੋ ਗਿਆ ਅਕਸਰ ਆਪਾਂ ਨੂੰ ਦੇ ਬਦਲ ਦੇ ਚੜ੍ਹ ਬੜਾ ਹੋ ਗਿਆ ਲੇਕਿਨ ਤੁਸੀਂ ਭਾਈ ਦੋ ਲਬਾ ਲਬ ਭਰ ਜਾਵੇ ਉਹਦੇ ਅਰਬਾਕਸੀ ਹਜ਼ਾ ਕਸੀਰ ਉਹ ਇਹਦਾ ਭਰ ਗਏ ਹੀ ਬਸ ਕਰ ਲੇਕਿਨ ਤੁਸੀਂ ਫਿਰ ਵੀ ਪਾਈ ਜਾਓ ਵਾਖੀ ਹਾਲਤ ਕਸਰਤ ਓਏ ਹੁਣ ਤਾਂ ਪਾਣੀ ਬਾਹਰ ਨਿਕਲਦਾ ਪਿਆ ਲੇਕਿਨ ਉਸ ਪਿਆਲੇ ਨੂੰ ਲੈ ਕੇ ਜੰਗ ਵਿੱਚ ਪਾ ਦਿਓ ਉਸ ਵੇਲੇ ਵਾਖੀ ਹਾਜ਼ਾ ਕੌਸਰ ਹੁਣ ਪਾਣੀ ਪਿਆਲੇ ਨਹੀਂ ਬਲਕਿ ਪਿਆਲਾ ਪਾਣੀ ਹੈ ਜੇ ਅੱਲਾ ਦਾ ਇਨਨਾ ਦੈਨਾ ਕਦ ਕੌਸਰ ਤੇ ਬਬੂਲਾ ਬਦਾ ਤੇਰੀ ਔਲਾਦ ਨਾ ਹੋ ਸੀ ਤੂੰ ਲੰਡੂਰਾ ਹੋ ਜਾ ਸੇ ਇਨਾ ਸਾਰਿਆਂ ਦੇ ਨਸਬ ਨਾਮਿਆਂ ਦੇ ਜਾਨ ਛਲਕ ਜਾਸੇ ਮੁਸਤਫਾ ਤੇਰੇ ਨਸਬ ਨੂੰ ਫਾਇਨਾ ਕਾ ਬਿਆਯੁਨਨਾ ਤੇਰੇ ਵਜੂਦ ਨੂੰ ਕਸਰਤ ਦੇ ਔਲਾਦ ਦੇ ਵਿੱਚ ਪਾ ਦੇਸਾ ਫੋ ਅਲ ਦੇ ਬਦਨ ਤੇ ਕੋ ਤਕ ਚੜੇਸਾ ਹੋਰ ਕੋਈ ਨਸਲ ਦੁਨੀਆ ਤੇ ਰਵੇ ਨਾ ਰਵੇ ਤੇਰੀ ਨਸਲ ਰਾਸੀ ਤੇ ਹਦਾਇਤ ਵੀ ਸਿਰਫ ਤੇਰੀ ਨਸਲ ਨੂੰ ਦੇਸਾ ਛੱਡੀ ਜਾਂਦਾ ਆਪਣੀ ਔਲਾਦ ਤੇ ਅੱਲਾਹ ਦੀ ਕਿਤਾਬ ਲਈ ਅਗਰ ਪੜੇਗਾ ਮਾ ਇਨ ਅਖਦਤੁਮ ਬੀ ਲਮ ਤਦਿਲੂ ਜਿਹੜਾ ਇਹਨਾਂ ਦੋਵਾਂ ਦਾ ਦਾਮਨ ਪਕੜ ਲਈ ਸੀ ਹਰ ਜੇ ਨਾ ਭਟਕ ਸੀ ਗੁਮਰਾਹ ਨਾ ਹੋ ਸੀ ਲਈ ਅਗਰ ਪੜੇਗਾ ਹਰ ਤਾਂ ਇਹਦਾ ਇਲਲ ਹੋ ਕਿਉਂਕਿ ਔਲਾਦ ਦੇ ਕੁਰਾਨ ਔਰ ਦੇ ਕੌਸਰ ਤਾਈ ਮੇਰੇ ਕੋਲ ਸੀ ਕਿਉਂਕਿ ਸਹਾਬਾ ਦਾ ਦੌਰ ਖਤਮ ਹੋ ਗਿਆ ਹਜ਼ੂਰ ਦੇ 100 ਸਾਲ ਬਾਅਦ ਲੇਕਿਨ ਔਲਾਦ ਜਲਦੀ ਪਈ ਹੈ ਇਹ ਉਹ ਕਸ਼ਤੀ ਹੈ ਜਿਹਦੇ ਬਾਰੇ ਵਿੱਚ ਨੂਹ ਦੀ ਕਸ਼ਤੀ ਬਾਰੇ ਅੱਲਾਹ ਫਰਮਾਇਆ ਤਜਰੀ ਬਿਆਹੀ ਹੋਣੇ ਨਾ ਇਹ ਕਸ਼ਤੀ ਸਾਡੀ ਨਜ਼ਰਾਂ 'ਚ ਬਣਦੀ ਹੈ ਗੁਰੂ ਤੇ ਸਾਡੀ ਨਜ਼ਰਾਂ ਦੇ ਵਿੱਚ ਹੀ ਤੈਰਦੀ ਹੈ ਅੱਲਾਹ ਫਰਮਾਇਆ ਮੁਸਤਫਾ ਤੇਰੇ ਵਜੂਦ ਨੂੰ ਮੈਂ ਜਿਹੜੀ ਲਾਈ ਕਿ ਤੇਰੀ ਜੋ ਕਾਇਨਾਤ ਦੀ ਨਿਯਾਤ ਦੀ ਕਸ਼ਤੀ ਨਿਕਲ ਸੀ ਤੇ ਫਿਰ ਤਜਰੀ ਬਿਆਹੀ ਹੋਣੇ ਨਾ ਉਹ ਸਾਡੀ ਨਜ਼ਰਾਂ ਦੇ ਵਿੱਚ ਰਹਿ ਕੇ ਚੱਲਦੀ ਰਹੀ ਸੀ ਤੇ ਜਿਹੜੇ ਜਿਹੜੇ ਇਹਦੇ ਵਿੱਚ ਸਵਾਰ ਹੋ ਸਕੇ ਉਹਨਾਂ ਨੂੰ ਮਿਆਰ ਦੀ ਮੰਜ਼ਿਲ ਤੇ ਪਹੁੰਚਾ ਦੇ ਸੀ ਅੱਜ ਜਿਸ ਵੇਲੇ ਮੌਲਵੀ ਨੂੰ ਜਗ੍ਹਾ ਖਾਨਕਾਹਾਂ ਦੇ ਦਰਬਾਰਾਂ ਤੇ ਕੀ ਲੱਭਣ ਜਾਂਦੇ ਆਖੋ ਅਸੀਂ ਉਹ ਅੰਡੇ ਬਣਨ ਜਾਂਦੇ ਹਾਂ ਜਿਹਨਾਂ ਨੂੰ ਠੋਕਰ ਅੰਦਰੋਂ ਲੱਗੇ ਨੇ ਤਾਂ ਕਿ ਉਹਨਾਂ ਦੀ ਰੂਹਾਨੀ ਜ਼ਿੰਦਗੀਆਂ ਦਾ ਆਗਾਜ਼ ਹੋਵੇ ਹੁਣ ਸਮਝੋ ਵਤੂਰ
ਪਹਾੜ ਦੇ ਤੇਰੇ ਤੇ ਪੈਰੀ ਗਈ ਹੁਣ ਵੀ ਕੋੜ ਹੋਈ ਗਈ ਛੇ ਕਸਮ ਵਤੂਰ ਕਸਮ ਉਸ ਪਹਾੜ ਦੀ ਮੁਸਤਫਾ ਜਿੱਥੇ ਜਿਬਰਾਈਲ ਨੱਥਾ ਜਿਸ ਗਾਰ ਦੇ ਵਿੱਚ ਜਬਲੇ ਨੂਰ ਦੀ ਤੇ ਤੇਰੇ ਤੇ ਵਹੀ ਹੋਈ ਉਹ ਕਿਤਾਬ ਹੈ ਮਸਤੂਰ ਤੇ ਲਿਖੀ ਹੋਈ ਕਿਤਾਬ ਕੁਰਾਨ ਤੈਨੂੰ ਅਤਾ ਕੀਤਾ ਫਿਰ ਰੱਖ ਕੇ ਮਨਸ਼ੂਰ ਜਿਹਦੇ ਸਫੇ ਕਿਤਨੇ ਵੱਡੇ ਹੈ ਇੱਕ ਆਇਤ ਦੀ ਵੀ ਕੋਈ ਤਫਸੀਰ ਕਰਨ ਲੱਗੇ ਦੁਨੀਆ ਦੇ ਸਫੇ ਖਤਮ ਹੋ ਜਾਣ ਉਹਦਾ ਸਫਾ ਕੁਰਾਨ ਦਾ ਹਕਮ ਨਾ ਹੋਵੇ ਬਲ ਬੈਤੁਲ ਮਹਮੂਰ ਉਹ ਸਾਨੂੰ ਕਸਮ ਹੈ ਤੇਰੇ ਇਸ ਘਰ ਦੀ ਜਿਹੜਾ ਤੇਰੀ ਔਲਾਦ ਤੋਂ ਆਬਾਦ ਹੋ ਜਾਵੇ ਵਸ਼ਕਫ ਮਰਫੂ ਕਸਮ ਇਸ ਘਰ ਦੀ ਉੱਚੀ ਛੱਤਾਂ ਦੀ ਉੱਚੀ ਛੱਤਾਂ ਕਿੱਥੇ ਹੁੰਦੀ ਹੈ ਜਿੱਥੇ ਕੱਦ ਵੱਡੇ ਹੋ ਬੋਲਿਆਂ ਦੀ ਘਰ ਦੀ ਛੱਤਾਂ ਉੱਚੀਆਂ ਨਹੀਂ ਹੁੰਦੀਆਂ ਜਿਹੜੇ ਵੱਡੇ ਹੋਣ ਨਾ ਕੱਦਾਂ ਦੇ ਉਹਨਾਂ ਦੇ ਘਰਾਂ ਦੀ ਛੱਤਾਂ ਉੱਚੀਆਂ ਹੁੰਦੀਆਂ ਨੇ ਮੁਸਤਫਾ ਤੇਰੀ ਔਲਾਦ ਦੇ ਜੋ ਉਹ ਸਲਾਹ ਹੁੰਦੀ ਹੋ ਜੇ ਬਲੀਆ ਹੁਣੇ ਕੁਤਬ ਅਲੀ ਸ਼ਾਹ ਜੀ ਹੋ ਜੇ ਬਲੀਆ ਹੁਣੇ ਸਾਨੂੰ ਕਸਮ ਹੈ ਤੇਰੇ ਘਰ ਦੀ ਜਿਹਦੀ ਛੱਤ ਇਤਨੀ ਉੱਚੀ ਹੈ ਕਿਉਂਕਿ ਇਹਦੇ ਵਿੱਚ ਆਉਣ ਵਾਲੇ ਇਤਨੇ ਉੱਚੇ ਹੈ ਵਲ ਬਹਰਿਲ ਮਸਜੂਰ ਤੇ ਜਿਸ ਦਿਨ ਪੈਨਾਮਾ ਕਰਨੀ ਹੈ ਤੇ ਸਮੁੰਦਰਾਂ ਦੇ ਉੱਪਰ